9208 ਦੀ ਛੱਲੀ ਤੇ ਪੂਰੀ ਫੁੱਲ ਵਧੀਆ ਸਟੇਜ ਦੀ ਬਣੀ ਆ ਵੇਖੋ ਸਭ ਦਾਣਾ ਕਿਤੇ ਤੁਹਾਨੂੰ ਉਹ ਗਫਣਨੇ ਆ ਵੇਖੋ ਮੇਰੇ ਕਲਾਈਨੇ ਦੀ ਦਾਣੇ ਦੀ ਵੇਖੋ ਮਾਤਰਾ ਕਿੰਨਾ ਦਾਣਾ ਦਾਣਾ ਹੀ ਦਾਣਾ ਮੇਰਾ ਜੈਲੋ ਹੀ ਹੋਈ ਪਈ ਆ ਲਿਆ ਤੇਲ ਓਏ ਦਾਣਾ ਹੀ ਦਾਣਾ ਜਿਹੜਾ ਨਜ਼ਰ ਆ ਰਿਹਾ ਮੱਕੀ ਦਾ ਤੇ ਸਟਾਰਚ ਨਾਲ ਭਰਪੂਰ ਹੈ ਫੁੱਲ ਐਨਰਜੀ ਗਾਵਾਂ ਵਾਸਤੇ ਇਹਦੇ ਚੋਂ ਮਿਲੇਗੀ ਤੇ ਗਾਵਾਂ ਦਾ ਜਿਹੜੀ ਮੁੱਖ ਖੁਰਾਕ ਹੁੰਦੀ ਆ ਉਹ ਪੱਠਾ ਹੀ ਆ ਇਸ ਲਈ ਜਿੰਨਾ ਵਧੀਆ ਕੁਆਲਿਟੀ ਦਾ ਅਸੀਂ ਫੋਡਰ ਆਪਣੇ ਗਾਵਾਂ ਵਾਸਤੇ ਤਿਆਰ ਕਰਦੇ ਹਾਂ ਉਨੀਆਂ ਹੀ ਜਿਹੜੀਆਂ ਸਾਡੀਆਂ ਗਾਵਾਂ ਵਾ ਜ਼ਿਆਦਾ ਹੈਲਦੀ ਰਹਿੰਦੀਆਂ ਨੇ ਜ਼ਿਆਦਾ ਵਧੀਆ ਪਰਫੋਰਮ ਕਰਦੀਆਂ ਨੇ ਉਹਨਾਂ ਦੀ ਇਮਿਊਨਿਟੀ ਵਧੀਆ ਰਹਿੰਦੀ ਆ ਬਿਮਾਰੀਆਂ ਘੱਟ ਲੱਗਦੀਆਂ ਨੇ ਕਿਉਂਕਿ ਸਾਡੇ ਪਸ਼ੂਆਂ ਦੀ ਗਾਵਾਂ ਦੀ ਮੱਝਾਂ ਦੀ ਹਰ ਪਸ਼ੂ ਦੀ ਜੋ ਮੇਨ ਖੁਰਾਕ ਹੈ ਉਹ ਫੋਡਰ ਹੀ ਆ ਅਤੇ ਜਿੰਨੀ ਵਧੀਆ ਕੁਆਲਿਟੀ ਦਾ ਅਸੀਂ ਉਹਨਾਂ ਲਈ ਫੋਡਰ ਤਿਆਰ ਕਰ ਦਿੰਦੇ ਹਾਂ ਉਨਾ ਹੀ ਜਿਹੜਾ ਵਧੀਆ ਸਾਨੂੰ ਜਿਹੜਾ ਵਾ ਰਿਜ਼ਲਟ ਮਿਲਦਾ ਆ ਅਤੇ ਵਧੀਆ ਪਰਫੋਰਮ ਕਰਦੀਆਂ ਵਾ ਉਹ ਹਰ ਟਾਈਮ ਚਾਹੇ ਉਹ ਕਾਵਿੰਗ ਕਰਕੇ ਸੱਜਰ ਸੂਈਆਂ ਹੋਣ ਚਾਹੇ ਉਹ ਮਿੱਡ ਵਿੱਚ ਚਲ ਗਈਆਂ ਹੋਣ ਚਾਹੇ ਉਹ ਤੋਕਣਾ ਹੋਣ ਉਹਨਾਂ ਦਾ ਜਿਹੜਾ ਮਿਲ ਕੇ ਆ ਉਹ ਉਨਾ ਹੀ ਵਧੀਆ ਰਹਿੰਦਾ ਆ ਹਰ ਟਾਈਮ ਸੋ ਬਹੁਤ ਹੀ ਵਧੀਆ ਦਾਣਾ ਜਿਹੜਾ ਕਰਸ਼ ਹੋਇਆ ਵਾ ਅਤੇ ਇਹਦੇ ਵਿੱਚ ਸਟਾਰਚ ਵੀ ਬਹੁਤ ਵਧੀਆ ਵਧੀਆ ਕੁਆਲਿਟੀ ਦਾ ਜਿਹੜਾ ਇਹ ਸਾਈਲਜ਼ ਆ ਉਹ ਤਿਆਰ ਹੋਏਗਾ ਅਤੇ ਹੁਣ ਇਹ ਸਾਈਲਜ਼ ਦੀ ਕਰਾਂਗੇ ਚੰਗੀ ਤਰ੍ਹਾਂ ਪ੍ਰੈਸਿੰਗ ਕਿਉਂਕਿ ਪ੍ਰੈਸਿੰਗ ਹੀ ਮੇਨ ਆ ਜਿਹਦੇ ਨਾਲ ਜਿਹੜਾ ਸਾਡਾ ਸਾਈਲਜ਼ ਆ ਉਹ ਬਹੁਤ ਬਹੁਤ ਵਧੀਆ ਕੁਆਲਿਟੀ ਦਾ ਜਿਹੜਾ ਬਣਦਾ ਆ ਭਾਵੇਂ ਤੁਸੀਂ ਉਹਦੇ ਵਿੱਚ ਨਿਕੋਲੈਂਟ ਪਾਉਣਾ ਚਾਹੁੰਦੇ ਹੋ ਜਾਂ ਨਹੀਂ ਚਾਹੁੰਦੇ ਹੋ ਤੁਹਾਡੀ ਮਰਜ਼ੀ 'ਤੇ ਡਿਪੈਂਡ ਕਰਦਾ ਹੈ ਪਰ ਜਿਹੜੀ ਪ੍ਰੈਸਿੰਗ ਆ ਉਹ ਬਹੁਤ ਵਧੀਆ ਕਰਨੀ ਆ ਤਾਂ ਕਿ ਜਿਹੜਾ ਸਾਈਲਜ਼ ਆ ਉਹ ਲੰਬਾ ਸਮਾਂ ਚੱਲੇ ਵਧੀਆ ਫਰਮਟ ਹੋਏ ਕਿ ਏਅਰ ਨਹੀਂ ਰਹਿਣ ਦੇਣੀ ਹਵਾ ਸਾਈਲਜ਼ ਦੇ ਅੰਦਰ ਬਿਲਕੁਲ ਨਹੀਂ ਰਹਿਣ ਦੇਣੀ ਕਿਉਂਕਿ ਜੇ ਹਵਾ ਰਹਿ ਜਾਏਗੀ ਤਾਂ ਉੱਥੋਂ ਸਾਈਲਜ਼ ਦੇ ਵਿੱਚ ਉੱਲੀ ਪੈਣੀ ਸ਼ੁਰੂ ਹੋ ਜਾਏਗੀ ਉੱਲੀ ਪੈ ਜਾਏਗੀ ਅਤੇ ਸਾਈਲਜ਼ ਦੀ ਕੁਆਲਿਟੀ ਲੋਅ ਹੋ ਜਾਏਗੀ ਜਦੋਂ ਅਸੀਂ ਆਪਣੇ ਪਸ਼ੂਆਂ ਨੂੰ ਪਾਵਾਂਗੇ ਸਾਈਲਜ਼ ਅਤੇ ਉਹਦੇ ਨਾਲ ਕੀ ਹੋਊਗਾ ਪਸ਼ੂਆਂ ਦੇ ਜਿਹੜੇ ਆ ਮਿਸਟਾਈਟਸ ਦੀ ਪ੍ਰੋਬਲਮ ਹੋਏਗੀ ਉਹਨਾਂ ਨੂੰ ਡਾਇਰੀਆ ਲੱਗਣ ਦੀ ਮੁਸ਼ਕਲ ਹੋਏਗੀ ਉਹਨਾਂ ਨੂੰ ਮੋਕ ਲੱਗ ਜਾਏਗੀ ਡਾਇਰੀਆ ਲੱਗ ਜਾਏਗਾ ਐਸੀਡੋਸਿਸ ਹੋਣਾ ਸ਼ੁਰੂ ਹੋ ਜਾਏਗਾ ਇੱਥੋਂ ਤੱਕ ਕਿ ਦੁੱਧ ਦੇ ਵਿੱਚ ਵੀ ਐਫਲਾਟੌਕਸਿਨ ਜਿਹੜੀ ਆ ਉਹ ਆ ਜਾਏਗੀ ਸੋ ਜਿਹੜਾ ਸਾਈਲਜ਼ ਆ ਇਹਨੂੰ ਜਦੋਂ ਤਿਆਰ ਕਰਨਾ ਵਾ ਸਭ ਤੋਂ ਜ਼ਿਆਦਾ ਅਤੇ ਵੱਧ ਤੋਂ ਵੱਧ ਸਾਈਲਜ਼ ਦੀ ਪ੍ਰੈਸਿੰਗ ਕਰਨੀ ਆ ਪ੍ਰੈਸਿੰਗ ਹੀ ਮੇਨ ਗੱਲ ਆ ਪ੍ਰੈਸਿੰਗ ਹੀ ਮੇਨ ਚੀਜ਼ ਆ ਜੋ ਅਸੀਂ ਸਾਈਲਜ਼ ਦੀ ਕਰਨੀ ਆ ਸੋ ਮੱਕੀ ਦਾ ਸਾਈਲਜ਼ ਇੱਕ ਪਰਫੈਕਟ ਪੱਠਾ ਆ ਗਾਵਾਂ ਵਾਸਤੇ ਇਹਦੇ ਅੰਦਰ ਸਟਾਰਚ ਆ ਐਨਰਜੀ ਆ ਇਹਦੇ ਅੰਦਰ ਫਾਈਬਰ ਆ ਇਹਦੇ ਅੰਦਰ ਗਲੂਕੋਜ਼ ਆ ਸਭ ਕੁਝ ਇੱਕ ਪਰਫੈਕਟ ਪੱਠਾ ਮੱਕੀ ਦਾ ਸਾਈਲਜ਼ ਹੈ ਗਾਵਾਂ ਵਾਸਤੇ ਅਤੇ ਇਸ ਦੇ ਨਾਲ ਨਾਲ ਜਦੋਂ ਮੱਕੀ ਦੇ ਸਾਈਲਜ਼ ਦੇ ਨਾਲ ਨਾਲ ਅਗਰ ਤੁਸੀਂ ਹੇ ਅਤੇ ਹੇਲਜ਼ ਵੀ ਪਾ ਦਿੰਦੇ ਹੋ ਤਾਂ ਫਿਰ ਉਹ ਸੋਨੇ 'ਤੇ ਸੁਹਾਗਾ ਹੋ ਜਾਂਦਾ ਉਹਦੇ ਨਾਲ ਪਸ਼ੂ ਦਾ ਜਿਹੜਾ ਰਿਊਮਨ ਪੀਐਚ ਆ ਉਹ ਬਹੁਤ ਵਧੀਆ ਰਹਿੰਦਾ ਆ ਅਤੇ ਗਰਮੀਆਂ ਵਿੱਚ ਵੀ ਉਹ ਬਹੁਤ ਵਧੀਆ ਮਿਲਕ ਪਰਫੋਰਮ ਕਰਦਾ ਆ ਧੰਨਵਾਦ ਜੀ